ਰੂਟ ਬਤਾਈ ਦੇਗਾ ਵੀ ਸਾਡੀ ਵਿਧਾਨ ਸਭਾ ਤੇ ਕਰ ਨਹੀਂ ਸਕਦੀ ਜਦ ਸਾਰੇ ਬੈਠੇ ਨੇ ਸਾਰੇ ਵਿਧਾਨ ਸਭਾ ਚ ਰਹੇ ਨੇ ਵੀ ਆਏ ਇਕੱਠੇ ਹੋ ਕੇ ਯਾਰ ਗੱਲ ਕਰ ਲੋ ਉਹ ਟਰਮੀਨੇਸ਼ਨ ਵਾਟ੍ਰੈਕਸ ਜਿਹੜੇ ਤੱਕ ਰਿਆ ਸੀ ਕਿਸਾਨ ਅੰਦੋਲਨ ਵੇਲੇ ਵੀ ਕਰਿਆ ਸੀ ਜੇ ਕਿਤੇ ਇਸ ਤਰ੍ਹਾਂ ਇਕੱਠੇ ਹੋ ਕੇ ਸਾਡੇ ਐਮਐਲਏ ਵੀ ਇਹ ਫੈਸਲਾ ਕਰਨ ਲੱਗਾ ਕਰਨ ਵੀ ਯਾਰ ਆਪਾਂ 5 ਕਿ ਦਿਨ 4 ਦਿਨ ਨਾ ਸੈਸ਼ਨ ਦੇ ਪੰਜਾਬ ਦੀਆਂ ਮੁੱਦਿਆਂ ਤੇ ਲਾਉਣੇ ਨੇ ਮੈਨਾਂ ਹੀ ਨਹੀਂ ਦੇਣੇ ਇੱਕ ਦੂਜੇ ਨੂੰ ਆਪਦੀ ਆਪਦੀ ਗੱਲ ਕਹਿਣੀ ਹੈ ਤਾਂ ਮੈਨੂੰ ਲੱਗਦਾ ਵੀ ਪੰਜਾਬ ਤਰ ਜਾਏਗਾ ਹੁੰ ਜਿਹਨੀਆਂ ਗੱਲਾਂ ਹੋ ਗਈਆਂ ਕਿ 15 ਜਨਵਰੀ 2002 ਨੂੰ ਫੈਸਲਾ ਹੋ ਗਿਆ 13 ਜਨਵਰੀ 2003 ਨੂੰ ਉਹਨੂੰ ਚੁਣੌਤੀ ਦੇ ਦਿੱਤੀ ਗਈ 2004 ਚ ਰੱਦ ਵੀ ਹੋ ਗਿਆ ਨਹਿਰ ਬਣਾਉਣ ਦਾ ਪਹਿਲਾਂ 2002 ਚ ਹੁਕਮ ਹੋ ਗਿਆ ਵੀ ਬਣਾਓ ਫਿਰ 2004 ਚ ਕਹਤਾ ਕਿ ਹੁਣ ਕੇਂਦਰ ਸਰਕਾਰ ਬਣਾਵੇ ਉਹਨਾਂ ਨੇ ਕਹਤਾ ਸੀਪੀਡਬਲ ਉਸ ਤੇ ਮੈਂ ਡਿਟੇਲ ਤੇ ਨਹੀਂ ਜਾਵਾਂਗਾ ਸਾਡੀ ਵੱਡੀ ਗੱਲ ਕਿੱਥੇ ਖੜੀ ਹੈ 1980 ਤੱਕ ਅਸੀਂ ਬਹੁਤ ਗੱਲਾਂ ਕਰਦੇ ਆ 1980 ਤੱਕ ਸਰਕਾਰਾਂ ਸਰਕਾਰਾਂ ਹਮੇਸ਼ਾ ਗਲਤੀਆਂ ਵੀ ਕਰਦੇ ਨੇ ਜਿਹੜਾ ਕੰਮ ਕਰੇਗਾ ਉਹ ਗਲਤੀ ਵੀ ਕਰੇਗਾ ਠੀਕ ਵੀ ਕਰੇਗਾ 1980 ਤੱਕ ਪੰਜਾਬ ਨੇ ਆਪ ਦਾ ਪੁਆਇੰਟ ਧੱਟ ਕੇ ਲੜਿਆ ਕੋਈ ਕਹੂ ਜੀ ਉਹ ਫਰਾਨੇ ਪੈਸੇ ਲੈ ਲਈ ਜੀ ਫਰਾਨੀ ਗਲਤੀ ਆ ਹੋ ਗਿਆ ਜੀ ਮੈਂ ਸਾਰਾ ਮੇਰੇ ਕੋਲ ਕਿਤਾਬ ਹੈ ਸਰਪਾਲ ਸਿੰਘ ਢੋਂਦੀ ਲਿਖੀ ਹੋਈ ਉਹ ਕੇਸ ਪ੍ਰੈਜੈਂਟ ਕਰਦੇ ਰਹੇ ਨੇ ਮੈਂ ਇਹ ਕਿਤਾਬ ਦੇ ਲਿਖਣ ਵੇਲੇ ਉਹਨਾਂ ਦੇ ਨਾਲ ਸੀਗਾ ਮੈਂ ਸਾਰੀ ਗੱਲ ਉਹਨਾਂ ਦੀ ਸੁਣਦਾ ਰਿਹਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਅਸੀਂ ਮਾਰ ਖਾਗੇ ਹਾਲਾਂਕਿ ਸਾਡੀ ਸੁਣੀ ਪੈਦਾ ਵੀ ਨਹੀਂ ਗਈ ਪਰ ਫਿਰ ਲੜਨਾ ਨਹੀਂ ਛੱਡਿਆ ਇੱਕ ਤਾਂ ਇਹ ਗੱਲ ਆ ਸੋ ਇਸ ਕਰਕੇ ਇਸ ਹਮਾਮ ਚ ਸਾਰੇ ਇੱਕੋ ਜਿਹੇ ਨੇ ਇੱਕ ਦੂਜੇ ਨੂੰ ਮਿਹਨੇ ਦੇਣ ਦਾ ਕੋਈ ਫਾਇਦਾ ਨਹੀਂ ਹੈ ਅੱਜ ਤੱਕ ਪਿਛਲੇ 40 ਸਾਲ ਚ 43 ਸਾਲ ਚ ਅਸੀਂ ਪਾਣੀ ਤੇ ਆਪਣਾ ਪਹਿਲਾ ਹੱਕ ਨਹੀਂ ਜਤਾਇਆ ਜੇ ਸਾਡਾ ਹੱਕ ਹੀ ਨਹੀਂ ਹੈ ਸਾਡੇ ਕੋਲ ਹੈ ਨਹੀਂ ਜੀ ਪਾਣੀ ਜੇ ਦੋ ਭਰਾ ਦੋ ਹੁੰਦੇ ਨੇ ਇੱਕ ਕਹਿੰਦਾ ਇਹਦੇ ਚਾਰਜ ਆਕ ਨੇ ਜੀ ਇਹ ਸਾਰੇ ਕੰਨ ਕੇ ਰੱਖ ਲੈ ਤੂੰ ਤਾਂ ਛੜਾ ਛੜਾ ਕੇ ਤੈਨੂੰ ਕੁਝ ਦੇਣਾ ਨਹੀਂ ਇਹ ਕਿਵੇਂ ਹੋ ਸਕਦਾ ਪਹਿਲਾਂ ਉਹ ਦੱਸੇ ਵੀ ਇਹ ਪਾਈ ਇਹ ਤਾਂ ਘਰ ਹੀ ਮੈਨੂੰ ਬਾਪ ਨੇ ਇਹ ਜੱਦੀ ਕਰਤਾ ਹੈ ਹੀ ਨਹੀਂ ਬਾਪ ਨੇ ਖਰੀਦ ਕੇ ਮੈਨੂੰ ਦਿੱਤਾ ਮੇਰਾ ਘਰ ਹੈ ਜਾਂ ਜੇ ਜੱਦੀ ਹੈ ਤੂੰ ਮਤਵੰਨਾ ਬਣਾਇਆ ਹੋਇਆ ਪਹਿਲਾਂ ਇਹ ਦੱਸਣ ਦੀ ਲੋੜ ਆ ਦੀ ਨਿਹਰਾ ਹੈ ਫਿਰ ਦੇਣਾ ਹੈ ਨਹੀਂ ਦੇਣਾ ਮੋੜ ਦੇਣਾ ਅਗਲਾ ਸਵਾਲ ਹੈ ਸੋ ਅਸੀਂ ਅਸਥੀ ਤੋਂ ਬਾਅਦ ਇਹ ਹੱਕ ਛੱਡਦਾ ਵੀ ਪਾਣੀ ਸਾਡਾ ਹੈ ਇੱਕ ਤਾਂ ਇਹ ਗੱਲ ਧਿਆਨ ਰੱਖਣ ਦੀ ਲੋੜ ਹੈ ਦੂਜੀ ਇਹ ਸਾਡੇ ਜੁਮੇ ਪਿਆ ਜਾਂਦਾ ਜੀ ਪਾਰ ਸਰਕਾਰ ਨੇ ਪਾਣੀ ਮੋੜ ਲਿਆ ਸੀ ਇਹ ਸਾਰਾ ਕੱਪ ਹੈ ਇਹ ਝੂਠ ਹੈ ਔਰ ਇਹ ਡਾ ਵੱਡਾ ਝੂਠ ਸਾਡੇ ਸਿਆਸਤਦਾਨ ਕਈ ਵਾਰ ਸੁਣ ਲੈਂਦੇ ਨੇ ਕਈ ਵਾਰ ਮਾਹਰ ਨਹੀਂ ਦੱਸਦੇ ਆ ਜਿਹੜਾ 1960 ਦਾ ਸੰਸਾਰ ਬੈਂਕ ਨੇ ਸਮਝੌਤਾ ਕਰਾਇਆ ਸੀ ਉਹ ਮੇਰੇ ਕੋਲ ਹੈ ਇਹਦੇ ਵਿੱਚ ਪਾਣੀ ਕੋਈ ਮੁੱਦ ਨਹੀਂ ਲਿਆ ਕੋਈ ਸੀਨੀਅਰ ਚਾਰਜ ਨਹੀਂ ਦਿੱਤੇ ਉਹਨੂੰ ਸੀਨੀਅਰ ਚਾਰਜ ਕਹਿੰਦੇ ਨੇ ਸੀਨੀਅਰ ਚਾਰਜ ਤਿੰਨ ਗੱਲਾਂ ਹੁੰਦੀਆਂ ਨੇ ਇੱਕ ਨਹਿਰ ਬਣਾਉਣ ਦਾ ਖਰਚਾ ਇੱਕੋ ਨਹਿਰਾਂ ਨੂੰ ਚਾਲੂ ਰੱਖਣ ਦਾ ਖਰਚਾ ਇੱਕ ਪਾਣੀ ਦਾ ਖਰਚਾ ਇੱਥੇ ਸੀਨੇ ਚਾਰਜ ਨਹੀਂ ਲੱਗੇ ਪਾਕਿਸਤਾਨ ਨੇ ਕਿਹਾ ਕਿ ਜਨਾਬ ਇਹ ਤੁਸੀਂ ਰਾਵੀ ਬਿਆਸ ਦਾ ਪਾਣੀ ਤਾਂ ਦੇ ਰਹੇ ਹੋ ਉਧਰ ਅਸੀਂ ਇੱਥੇ ਨਹਿਰਾਂ ਬਣਾਈਆਂ ਹੋਈਆਂ ਨੇ ਹੁਣ ਸਾਨੂੰ ਉਧਰੋਂ ਜਨਾਬ ਛੇੜਨ ਤੇ ਸਿੰਧ ਜੋ ਬਣਾਉਣੀਆਂ ਪੈਣੀਆਂ ਨੇ ਇੱਕ ਤਾਂ ਅਸੀਂ ਅੱਜੇ ਤਾਂ ਬਣਾ ਨਹੀਂ ਸਕਦੇ ਦਸ ਰੱਬ ਵੀ ਮੋਲਟ ਦਿਓ ਸਾਨੂੰ ਕਿ ਪਾਣੀ ਇਦਾਂ ਹੀ ਸਾਡੇ ਵੱਲ ਚੱਲਦਾ ਰਹੇ ਕਿਉਂਕਿ ਰੋਜ਼ ਇੱਕ ਇਹ ਟੈਕਨੀਕਾ ਪੈਂਦਾ ਸੀ ਦੂਜਾ ਉਹਨਾਂ ਨੇ ਕਿਹਾ ਕਿ ਸਾਨੂੰ ਨਰਾ ਬਣਾਉਣਾ ਉਸੇ ਪੈਸੇ ਦੇ ਉਹ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਸੋ ਉਹਦੇ ਪੈਸੇ ਦਿੱਤੇ ਗਏ ਨੇ ਉਹਦਾ ਬਾਅ ਕਦਾ ਫੈਸਲਾ ਹੋਇਆ ਹੈ ਕਿ ਪੈਸੇ ਕਿੰਨੇ ਕਿੰਨੇ ਸਮੇਂ ਤੇ ਦਿੱਤੇ ਜਾਣਗੇ ਵਿੱਚ ਹੀ ਲਿਖਿਆ ਹੋਇਆ ਹੈ ਔਰ ਇਸ ਕਿਤਾਬ ਚ ਵੀ ਲਿਖਿਆ ਹੋਇਆ ਹੈ ਕਦ ਕਦ ਦਿੱਤੇ ਜਾਣਗੇ ਜੇ ਨਾ ਦਿੱਤੇਗਾ ਤਾਂ ਕਿੰਨਾ ਰਿਆਜ ਇੱਥੇ ਆ ਜਾਊਗਾ ਇਹ ਸਾਰਾ ਫੈਸਲਾ ਹੈਗਾ ਸੋ ਇਸ ਕਰਕੇ ਪਾਣੀ ਮੁਰੜ ਨਹੀਂ ਲਿਆ ਗਿਆ ਪਾਣੀ ਕੁਦਰਤੀ ਤੌਰ ਤੇ دریاਵਾਂ ਦਾ ਸਾਡਾ ਇਹ ਭਾਰਤ ਸਰਕਾਰ ਨੇ ਤਾਂ ਸਿਰਫ ਸਮਝੌਤੇ ਤੇ ਦਸਤਖਤ ਕਰੇ ਨੇ ਉਹ ਤਾਂ ਕਿ ਪੰਜਾਬ ਨਹੀਂ ਦਸਕਤ ਕਰ ਸਕਦਾ ਸੀ ਕਿਉਂਕਿ ਦੇਸ਼ ਤੋਂ ਦੇਸ਼ ਦਾ ਸਮਝੌਤਾ ਸੀ ਇਹ ਕਾਨੂੰਨੀ ਹੈ ਚਾਹੇ ਪੰਜਾਬ ਦੇ ਵਾਸਤੇ ਵੀ ਕੋਈ ਸਾਈਨ ਕਰੇਗਾ ਤਾਂ ਭਾਰਤੀ ਸਰਕਾਰ ਹੀ ਕਰੇਗੀ ਸੋ ਇਸ ਕਰਕੇ ਇਹ ਕਹਿਣਾ ਕਿ ਪੰਜਾਬ ਦੇ ਵਾਸਤੇ ਪਾਣੀ ਨਹੀਂ ਮਿਲਿਆ ਭਾਰਤ ਨੇ ਅਸੀਂ ਗਲਤ ਹੈ ਇਹ ਪਾਣੀ ਕੁਦਰਤੀ ਤੌਰ ਤੇ ਸਾਡਾ ਹੈ ਇੱਕ ਤੀਜੀ ਗੱਲ ਤੀਜੀ ਗੱਲ ਬਾਅਦ ਸਾਰੇ ਵਿਦਵਾਨ ਇਹ ਕਹਿੰਦੇ ਨੇ ਵੀ ਜਿ ਕੋਈ ਰਪੇੜੀਆਂ ਬਾਤ ਹੈ ਹੀ ਨਹੀਂ ਸਾਰੀ ਦੁਨੀਆ ਦੇ ਵਿੱਚ ਜਿੰਨੇ ਅੱਜ ਤੱਕ ਫੈਸਲੇ ਹੋਏ ਨੇ ਪਿਛਲੇ 200 ਸਾਲ ਦੇ ਵਿੱਚ ਬਲਕਿ 200 ਸਾਲ ਦੇ ਵਿੱਚ ਉਹ ਦੋ ਸੂਤਨਾ ਤੇ ਹੋਏ ਨੇ ਇੱਕ ਕਹਿੰਦੇ ਨੇ ਵੀ دریاਵਾਂ ਦੇ ਕੰਢੇ ਜਿਹੜਾ ਵੱਸਦਾ ਪਾਣੀ ਦਾ ਉਹਦਾ ਹੱਕ ਹੈ